ब्रेक तो स्वागत है सारे ही दर्शकों का। हुण गल करदे आं जिला बरनाला दे पिंड मनाल दी धी कुलबीर कौर दी, जिसने ट्रेनी पायलट बन के कमाल कर दिता है। तो कमर्शियल पायलट बनन दे लई वो सिर्फ एक पलांग ही दूर है। पिंड मनाल जिला बरनाला दे इस छोटे जे पिंड दे किसान परिवार दी धी कुलबीर कौर ने ट्रेनी पायलट बन के वड्डा कमाल कीता है। कुलबीर कौर की इस प्राप्ति से मापियां नूं बहुत माण महसूस हो रहा है। कुलबीर कौर निक्के हुंदिआं तों ही पढ़ाई ते खेडां विच बहुत होशियार सी ते उसका सुपना सी कि वड्डी हो के वह पायलट बनेगी। धी दे इस सुपने नूं पूरा करन लई मापियां ने अपनी पूरी वाल लाई ते अज नतीजा यह है कि कुलबीर ने ट्रेनी पायलट बनन लई जरूरी 150 घंटिया की फ्लाइंग का टीचा पूरा करके मापियां का नाम रोशन किया। ਜਿਹੜਾ ਇਹਦਾ ਪਾਇਲਟ ਬਣਨ ਦਾ ਹੈਗਾ ਸੀ ਸੁਪਨਾ, ਉਹ ਤਾਂ ਹੈਗਾ ਸੀ ਬਹੁਤ ਜ਼ਿਆਦਾ ਦ੍ਰਿੜ। ਉਹ ਤਾਂ ਅਸੀਂ ਸਾਨੂੰ ਲੱਗਦਾ ਸੀ ਕਿ ਅਸੀਂ ਇਹਨੂੰ ਪਿੱਛੇ ਮੋੜ ਨਹੀਂ ਸਕਦੇ। ਇਹ ਜੇ ਬਾਹਰ ਵੀ ਇਹਨੂੰ ਅਸੀਂ ਭੇਜ ਦਿੰਦੇ ਹਾਂ ਤਾਂ ਵੀ ਇਹਨੇ 5-4 ਸਾਲ ਆਪਦੀ ਮਤਲਬ ਉਨੀ ਕੁ ਉਹਨਾਂ ਕਹਿੰਦੇ ਪੈਸਾ ਇਕੱਠਾ ਕਰਕੇ ਇਹਨੇ ਵਾਪਸ ਹੀ ਆਉਣਾ ਗਾ, ਕਿਉਂਕਿ ਇਹ ਕਹਿੰਦੀ ਸੀ ਵੀ ਮੈਂ ਤਾਂ ਹਾਂ ਬਸ ਬਣਨਾ ਤਾਂ ਮੈਂ ਪਾਇਲਟ ਹੀ ਬਣਨਾ ਗਾ। ਸਪੀਕਰ ਸਾਹਿਬ ਨੇ ਸਾਨੂੰ ਭੇਜਿਆ ਗਾ, ਉੱਥੇ ਮਤਲਬ ਸਾਡੀ ਐਪਲੀਕੇਸ਼ਨ ਉੱਥੇ ਗਈ ਹੈ ਦਿੱਲੀ, ਮਤਲਬ ਪਦਮ ਸ਼੍ਰੀ ਵਿਕਰਮਜੀਤ ਸਾਹਨੀ ਜੀ ਦੇ ਕੋਲ। ਉਹਨਾਂ ਦੇ ਆਫਿਸ ਤੋਂ ਸਾਨੂੰ ਫੋਨ ਆਇਆ ਕਿ ਤੁਸੀਂ ਬੇਟੀ ਨੂੰ ਫੋਨ ਆਇਆ ਕਿ ਵੀ ਤੈਨੂੰ ਇੱਥੇ ਆਉਣਾ ਪੈਣਾ ਗਾ। ਅਤੇ ਅਸੀਂ ਉੱਥੇ ਗਏ, ਜਦੋਂ ਸਾਨੂੰ ਇੰਨਾ ਮਤਲਬ ਇੰਨਾ ਚੰਗਾ ਲੱਗਿਆ, ਉਹਨਾਂ ਨੇ ਇੰਨੇ ਮਤਲਬ ਇੰਨੇ ਵਧੀਆ ਢੰਗ ਨਾਲ ਸਾਨੂੰ ਮਤਲਬ ਸਾਡੇ ਨਾਲ ਲੰਚ ਵੀ ਕੀਤਾ ਸਰ ਨੇ, ਅਤੇ ਇੰਨੀ ਮਤਲਬ ਪਾਕ ਪਵਿੱਤਰ ਰੂਹ। ਮੈਨੂੰ ਇਹ ਲੱਗਦਾ ਵੀ ਪੈਸਾ ਉਸ ਚੀਜ਼ ਦੇ ਮੁਕਾਬਲੇ ਕੁਛ ਵੀ ਨਹੀਂ ਹੈਗਾ ਵੀ ਉਹ ਸਾਨੂੰ ਐਡੀ ਵੱਡੀ ਮਹਾਨ ਹਸਤੀ ਸਾਨੂੰ ਮਿਲੀ। ਖੁਸ਼ੀ ਹੋਈ ਆਪਣੀ ਮੇਰੀ ਬੇਟੀ ਕੁਲਬੀਰ ਕੌਰ ਜਹਾਜ਼ ਚਲਾ ਰਹੀ ਆ, ਬਹੁਤ ਜਾਂਜਾਂ 'ਤੇ ਮਿਹਨਤ ਤਾਂ ਬਹੁਤ ਕੀਤੇ ਸਾਰੇ ਪਾਇਲਟ ਬਣਾਉਂਦੇ ਜੀ, ਇੱਕ ਦੁੱਖ ਤਾਂ ਕੋਈ ਨਹੀਂ, ਸਭ ਪਰਮਾਤਮਾ ਦੀ ਕਿਰਪਾ ਨਾਲ ਹੋ ਰਿਹਾ ਵਾ। ਕੁਲਬੀਰ ਦਾ ਹੁਣ ਅਗਲਾ ਟੀਚਾ ਕਮਰਸ਼ੀਅਲ ਪਾਇਲਟ ਬਣਨ ਦਾ ਹੈ, ਜਿਸ ਲਈ 200 ਘੰਟਿਆਂ ਦੀ ਫਲਾਇੰਗ ਜ਼ਰੂਰੀ ਹੈ। ਉਹ ਇਸ ਟੀਚੇ ਨੂੰ ਪੂਰਾ ਕਰਨ ਤੋਂ ਮਹਿਜ਼ ਇੱਕ ਪੁਲਾਂਗ ਹੀ ਦੂਰ ਹੈ। ਉਹ ਪਹਿਲਾਂ ਹੀ 150 ਘੰਟਿਆਂ ਦੀ ਫਲਾਇੰਗ ਪੂਰੀ ਕਰਕੇ ਟ੍ਰੇਨੀ ਪਾਇਲਟ ਤਾਂ ਬਣ ਹੀ ਚੁੱਕੀ ਹੈ ਤੇ ਹੁਣ ਬਸ 50 ਘੰਟੇ ਦੀ ਫਲਾਇੰਗ ਦਾ ਟੀਚਾ ਪੂਰਾ ਕਰਨਾ ਹੈ। ਕੁਲਬੀਰ ਨੇ ਟ੍ਰੇਨੀ ਪਾਇਲਟ ਬਣਨ ਦੇ ਆਪਣੇ ਸਫ਼ਰ ਨੂੰ ਪੂਰਾ ਕਰਨ ਵਿੱਚ ਵਜ਼ੀਫਾ ਦਵਾਉਣ ਲਈ ਰਾਜ ਸਭਾ ਮੈਂਬਰ ਵਿਕਰਮਜੀਤ ਸਾਹਨੀ ਵੱਲੋਂ ਕੀਤੀ ਗਈ ਮਦਦ ਲਈ ਉਹਨਾਂ ਦਾ ਧੰਨਵਾਦ ਕੀਤਾ। ਉਸਨੇ ਦੱਸਿਆ ਕਿ ਪਾਇਲਟ ਬਣਨ ਲਈ 70 ਤੋਂ 80 ਲੱਖ ਰੁਪਏ ਦਾ ਖਰਚ ਆਉਂਦਾ ਹੈ, ਜਿਸ ਲਈ ਸਾਂਸਦ ਸਾਹਨੀ ਨੇ ਉਸ ਦੀ ਮਦਦ ਕੀਤੀ। ਕਮਰਸ਼ੀਅਲ ਫਲਾਇੰਗ ਕਰਨਾ ਚਾਹੂੰਗੀ ਕਿਉਂਕਿ ਲੋਕਾਂ ਨੂੰ ਮਿਲਣਾ, ਇੰਟਰੈਕਟ ਕਰਨਾ, ਕਿ ਮੈਨੂੰ ਲੋਕ ਦੇਖਣ ਅਤੇ ਕਹਿਣ ਕਿ ਹਾਂ ਕਿ ਅਸੀਂ ਵੀ ਅੱਗੇ ਪਾਇਲਟ ਬਣਨਾ ਹੈ ਕਿ ਇਸ ਦੀ ਤਰ੍ਹਾਂ, ਤਾਂ ਇਸ ਕਰਕੇ ਮੈਂ ਸੋਚਿਆ ਕਿ ਹਾਂ ਕਿ ਮੈਂ ਏਅਰਲਾਈਨਸ 'ਚ ਜਾਣਾ ਚਾਹੁੰਦੀ ਹਾਂ। ਮੈਨੂੰ ਕੋਨਫੀਡੈਂਸ ਨਾਲ ਫਿਲ ਕਰ ਦਿੱਤਾ ਸੀ ਪੂਰਾ, ਮੈਨੂੰ ਮੋਟੀਵੇਟ ਕੀਤਾ ਸਰ ਨੇ, ਉਹਨਾਂ ਨੇ ਕਿਹਾ ਕਿ ਤੂੰ ਇਕੱਲੇ ਆਪਣੇ ਪਿੰਡ ਦੀ ਧੀ ਨਹੀਂ, ਤੂੰ ਆਪਣੇ ਡਿਸਟ੍ਰਿਕਟ ਦੀ ਧੀ ਨਹੀਂ, ਤੂੰ ਤਾਂ ਪੂਰੇ ਪੰਜਾਬ ਦੀ ਧੀ ਆਂਗੀ, ਤੁਹਾਡੀ ਮਦਦ ਨਹੀਂ ਕਰਾਂਗੇ ਤਾਂ ਕਿਸ ਦੀ ਕਰਾਂਗੇ, ਬਹੁਤ ਹੀ ਰਿਸਪੈਕਟਿਡ ਵੇ ਦੇ ਨਾਲ। ਅਤੇ ਮੈਂ ਉਹਨਾਂ ਦੀ ਬਹੁਤ ਬਹੁਤ ਧੰਨਵਾਦੀ ਹਾਂ, ਅਤੇ ਉਹੀ ਰੀਜ਼ਨ ਨੇ ਕਿ ਉਹਨਾਂ ਦੇ ਥਰੂ ਹੀ ਮੈਂ ਸ਼ਹੀਦ ਭਗਤ ਸਿੰਘ ਸਕੋਲਰਸ਼ਿਪ ਪ੍ਰੋਗਰਾਮ ਜੋ ਕਿ ਪਦਮ ਸ਼੍ਰੀ ਸਰਦਾਰ ਵਿਕਰਮਜੀਤ ਸਿੰਘ ਸਾਹਨੀ ਸਰ ਨੇ ਸ਼ੁਰੂਆਤ ਕੀਤੀ ਹੈ, ਜਿਸ ਦੀ ਮੈਂ ਉਹਨਾਂ ਦੀ ਬਹੁਤ ਬਹੁਤ ਧੰਨਵਾਦੀ ਹਾਂ। ਉਹ ਤਾਂ ਤੁਹਾਨੂੰ ਸਭ ਨੂੰ ਪਤਾ ਹੈ ਕਿ ਉਹ ਤਾਂ ਪੂਰੇ ਪਰਸਨ ਫਿਲਡ ਵਿਦ ਹਿਊਮੈਨਿਟੀ ਨੇ, ਕਿ ਉਹਨੇ ਤਾਂ ਆਪਣੇ ਇੰਟਰੋਡਿਊਸ ਕਰਨ ਦੀ ਵੀ ਲੋੜ ਨਹੀਂ ਕਿ ਉਹਨਾਂ ਬਾਰੇ, ਉਹਨਾਂ ਨੇ ਤਾਂ ਜੋ ਵੀ ਕੰਮ ਕੀਤਾ। ਵਾਕਿਆ ਹੀ ਜੇ ਤੁਹਾਡਾ ਹੌਸਲਾ ਬੁਲੰਦ ਹੈ ਤਾਂ ਰਾਹ ਆਪਣੇ ਆਪ ਬਣ ਜਾਂਦੇ ਨੇ, ਜਿਸ ਦੀ ਮਿਸਾਲ ਕੁਲਬੀਰ ਦੇ ਪਾਇਲਟ ਬਣਨ ਦੇ ਸਫ਼ਰ ਤੋਂ ਮਿਲਦੀ ਹੈ। ਸੋ ਹੋਰਨਾਂ ਮਾਪਿਆਂ ਨੂੰ ਕੁਲਬੀਰ ਕੌਰ ਦੇ ਮਾਪਿਆਂ ਵੱਲੋਂ ਆਪਣੀ ਧੀ ਦਾ ਸੁਪਨਾ ਪੂਰਾ ਕਰਨ ਲਈ ਕੀਤੇ ਯਤਨਾਂ ਤੋਂ ਸੋਧ ਲੈਣ ਦੀ ਲੋੜ ਹੈ, ਤਾਂ ਹੀ ਧੀਆਂ ਆਪਣੇ ਸੁਪਨੇ ਪੂਰੇ ਕਰਕੇ ਮਾਪਿਆਂ ਦਾ ਮਾਣ ਵਧਾ ਸਕਣਗੀਆਂ। ਆਸ਼ੀਸ਼, ਪੀਟੀਸੀ ਨਿਊਜ਼, ਬਰਨਾਲਾ।